ਜਿਹੜਾ ਪ੍ਰਵਕਤਾ ਜਾਂ ਕੋਈ ਵਕਤਾ ਜਾਂ ਸਪੋਕਸਪਰਸਨ ਵਿਜੀਲੈਂਸ ਜਾਂ ਉਹਨਾਂ ਦਾ ਅਫਸਰ ਆ ਕੇ ਕਹਿੰਦਾ ਹੀ 7 ਕਰੋੜ ਦਾ ਵਾਧਾ ਹੈ ਜਿਹੜਾ ਅਫਸਰ ਕਹਿ ਰਿਹਾ ਹੈ ਉਹ ਸੱਚ ਬੋਲ ਰਿਹਾ ਹੈ ਕਿ ਨਹੀਂ ਹੋਈ ਅੱਜ ਥਾਣਿਆਂ 'ਚ ਕਰਪਸ਼ਨ ਖਤਮ ਹੋ ਗਈ ਹੈ ਤਾਂ ਪੋਲਿਟਿਕਸ ਲੋਕਾਂ ਨੂੰ ਕੋਈ ਇਸ ਗੱਲ ਦਾ ਮੁੱਦਾ ਹੀ ਨਹੀਂ ਹੈ ਵੀ ਤੁਸੀਂ ਕਿਸੇ ਨੂੰ ਫੜਿਆ ਕਿ ਨਹੀਂ ਫੜਿਆ ਪੰਜਾਬ ਦੇ ਸਾਬਕਾ ਡਿਪਟੀ ਮੁੱਖ ਮੰਤਰੀ ਅਤੇ ਅੰਮ੍ਰਿਤਸਰ ਦੇ ਵਿਧਾਇਕ ਓਮ ਪ੍ਰਕਾਸ਼ ਸੋਨੀ ਨੂੰ ਵਿਜੀਲੈਂਸ ਵੱਲੋਂ ਗ੍ਰਿਫਤਾਰ ਕੀਤਾ ਗਿਆ ਸੀ ਓਮ ਪ੍ਰਕਾਸ਼ ਸੋਨੀ ਨੂੰ ਅੱਜ ਅੰਮ੍ਰਿਤਸਰ ਦੇ ਮਾਨਯੋਗ ਕੋਰਟ ਵਿੱਚ ਪੇਸ਼ ਕੀਤਾ ਗਿਆ ਅਤੇ ਵਿਜੀਲੈਂਸ ਵੱਲੋਂ 14 ਦਿਨਾਂ ਦੀ ਰਿਮਾਂਡ ਦੀ ਪੇਸ਼ਕਸ਼ ਕੀਤੀ ਗਈ ਸੀ ਓਮ ਪ੍ਰਕਾਸ਼ ਸੋਨੀ ਦੇ ਵਕੀਲ ਵੱਲੋਂ ਬਹਿਸ ਕਰਨ ਤੋਂ ਬਾਅਦ 1 ਦਿਨ ਦੀ ਰਿਮਾਂਡ ਵਿਜੀਲੈਂਸ ਨੂੰ ਦਿੱਤੀ ਗਈ ਉੱਥੇ ਹੀ ਓਮ ਪ੍ਰਕਾਸ਼ ਸੋਨੀ ਦੇ ਸਮਰਥਕਾਂ ਵੱਲੋਂ ਕੋਰਟ ਕੰਪਲੈਕਸ ਵਿੱਚ ਓਮ ਪ੍ਰਕਾਸ਼ ਸੋਨੀ ਜ਼ਿੰਦਾਬਾਦ ਦੇ ਨਾਰੇ ਵੀ ਲਗਾਏ ਗਏ ਉਸ ਤੋਂ ਬਾਅਦ ਓਮ ਪ੍ਰਕਾਸ਼ ਸੋਨੀ ਦੀ ਤਬੀਅਤ ਖਰਾਬ ਹੋਣ ਤੋਂ ਬਾਅਦ ਉਹਨਾਂ ਨੂੰ ਅੰਮ੍ਰਿਤਸਰ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਅੰਮ੍ਰਿਤਸਰ ਤੋਂ ਗੁਰਪ੍ਰੀਤ ਸਿੰਘ ਦੀ ਰਿਪੋਰਟ ਲਾਈਵ ਭਾਰਤ ਬੜੀਆਂ ਵੱਡੀਆਂ ਵੱਡੀਆਂ ਗੱਲਾਂ ਮੈਂ ਕਿਸੇ ਹੋਰ ਵਿਅਕਤੀ ਦਾ ਨਾਂ ਨਹੀਂ ਲੈਣਾ ਚਾਹੁੰਦਾ ਲੇਕਿਨ ਬਹੁਤ ਸਾਰੀਆਂ ਵੱਡੀਆਂ ਵੱਡੀਆਂ ਗੱਲਾਂ ਇਹ ਕਦੇ ਬੀਜੇਪੀ ਦੇ ਲੋਕਾਂ ਦੇ ਖਿਲਾਫ ਕਰਦੇ ਕਦੇ ਅਕਾਲੀ ਦਲ ਦੇ ਖਿਲਾਫ ਕਰਦੇ ਹੈ ਲੇਕਿਨ ਟਾਰਗੇਟ ਇੱਕ ਹੀ ਹੈ ਕਾਂਗਰਸ ਪਾਰਟੀ ਕਿਉਂਕਿ ਇਹਨਾਂ ਨੂੰ ਪਤਾ ਹੈ ਕਾਰਪੋਰੇਸ਼ਨ ਦੇ ਇਲੈਕਸ਼ਨ ਆ ਰਹੇ ਨੇ ਕਾਰਪੋਰੇਸ਼ਨ ਦੇ ਇਲੈਕਸ਼ਨ ਆ ਰਹੇ ਨੇ ਹੁਣ ਇਸ ਕਰਕੇ ਇਹਨਾਂ ਨੇ ਜਿਹੜੇ ਕਾਰਪੋਰੇਸ਼ਨ ਦੇ ਇਹ ਵੱਡੇ ਦਿੱਗਜ ਦੇ ਲੀਡਰ ਨੇ ਇਹਨਾਂ ਨੂੰ ਡਰ ਹੈ ਵੀ ਕਾਰਪੋਰੇਸ਼ਨ 'ਚ ਅਸੀਂ ਚੋਣਾਂ ਨਾ ਹਾਰ ਜਾਈਏ ਇਸ ਕਰਕੇ ਅੱਜ ਸਾਡੇ ਲੀਡਰ ਡਿਪਟੀ ਮੁੱਖ ਮੰਤਰੀ ਜਿਹੜੇ 6 ਵਾਰ ਚੋਣਾਂ ਜਿੱਤੇ ਇੱਕ ਇੰਨਾ ਦਾਗ ਨਹੀਂ ਆਪਦੇ ਦਾਮਨ 'ਤੇ ਲੱਗਣ ਦਿੱਤਾ ਬੜੀਆਂ ਸਰਕਾਰਾਂ ਆਈਆਂ ਅਕਾਲੀ ਦਲ ਦੀਆਂ ਵੀ ਆਈਆਂ ਹੋਰ ਵੀ ਆਈਆਂ ਲੇਕਿਨ ਅਚਨਚੇਤ ਲੋਕ ਸੋਨੀ ਸਾਹਿਬ ਅਤੇ ਸੋਨੀ ਸਾਹਿਬ ਦੇ ਪਰਿਵਾਰ ਬਾਰੇ ਜਾਣਦੇ ਕਿ ਉਹ ਖਾਨਦਾਨ ਕਿਹੋ ਜਿਹਾ ਹੈ ਕਿ ਉਹਨਾਂ ਨੇ ਕਿੰਨੀਆਂ ਲੁੱਟਾਂ ਕੀਤੀਆਂ ਇਹ ਜਨਤਾ ਜਾਣਦੀ ਆ ਔਰ ਲੋਕ ਜਾਣਦੇ ਹੈ ਇੱਕ ਵੀ ਦਾਗ ਸੋਨੀ ਸਾਹਿਬ ਦੇ ਨਹੀਂ ਹੈ ਕੇਵਲ ਅਤੇ ਕੇਵਲ ਕਾਰਪੋਰੇਸ਼ਨ ਜਿੱਤਣ ਵਾਸਤੇ ਅਤੇ ਜਾਣ ਬੁੱਝ ਕੇ ਕ੍ਰਿਕਟਰ ਐਸੋਸੀਨੇਸ਼ਨ ਕਰਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਇਹ ਬਦਲਾਖੋਰੀ ਦੀ ਨੀਤੀ ਨਾਲ ਕਾਰਵਾਈ ਕਰ ਰਹੇ ਹਰ ਮਹੀਨੇ ਔਰ ਸਾਨੂੰ ਕਿਸੇ ਪ੍ਰਕਾਰ ਦਾ ਕੋਈ ਡਰ ਨਹੀਂ ਹੈ ਕਚਹਿਰੀਆਂ ਦੇ ਵਿੱਚ ਜਾਣਾ ਸਾਨੂੰ ਕੋਈ ਡਰ ਨਹੀਂ ਸਤਾ ਰਿਹਾ ਲੇਕਿਨ ਇਹ ਮਾੜੇ ਰੀਤੀ ਰਿਵਾਜ ਹੈ ਜਿਨ੍ਹਾਂ ਨੇ ਪੰਜਾਬ ਦਾ ਆਉਣ ਵੇਲੇ ਆਉਣ ਵਾਲੇ ਸਮੇਂ 'ਚ ਨੁਕਸਾਨ ਕਰਨਾ ਮੁੱਦੇ ਤਾਂ ਸੀਗੇ ਨਸ਼ੇ ਦਾ ਮੁੱਦਾ ਤਾਂ ਸੀਗਾ ਕਿ ਕਿਸਾਨ ਸੁਸਾਈਡ ਅੱਜ ਵੀ ਕਰ ਰਿਹਾ ਮੁੱਦਾ ਤਾਂ ਸੀਗਾ ਕਿ ਅੱਜ ਵੀ ਟੀਚਰਾਂ ਨੂੰ ਕੁੱਟਿਆ ਜਾ ਰਿਹਾ ਚੁੰਨੀਆਂ ਪਾੜੀਆਂ ਜਾ ਰਹੀਆਂ ਪੱਗਾਂ ਉਹਨਾਂ ਦੀਆਂ ਪਾੜ ਦਿੱਤੀਆਂ ਜਾ ਰਹੀਆਂ ਅੱਜ ਵੀ ਮੁੱਦਾ ਤਾਂ ਸੀਗਾ ਕਿ MSP ਦੇਣ ਦਾ ਅੱਜ ਵੀ ਮੂੰਗੀ ਦੀ ਦਾਲ ਰੁਲੀ ਪਈ ਹੈ ਮੁੱਦਾ ਤਾਂ ਸੀਗਾ ਮੁਆਵਜ਼ੇ ਦਾ ਮੁੱਦਾ ਤਾਂ ਸੀਗਾ ਲਾਅ ਐਂਡ ਆਰਡਰ ਦਾ ਕਿ ਦਿਨ ਦਿਹਾੜੇ ਲੋਕਾਂ ਨੂੰ ਮਾਰਿਆ ਜਾ ਰਿਹਾ ਲੁੱਟਾਂ ਖੁੱਟਾਂ ਮੁੱਦਾ ਤਾਂ ਹੈ ਹੈਲਥ ਦਾ ਕਿ ਅੱਜ ਵੀ ਤੁਹਾਡੇ ਹਸਪਤਾਲ ਕਬੂਤਰ ਬੋਲਦੇ ਹੈ ਮੁੱਦਾ ਤਾਂ ਹੈ ਸਕੂਲ ਅਤੇ ਕਾਲਜਿਸ ਦਾ ਮੁੱਦਾ ਤਾਂ ਹੈ ਕਿ ਅੱਜ ਵੀ ਪੰਜਾਬ ਦਾ ਨੌਜਵਾਨ ਤੁਸੀਂ ਕਹਿੰਦੇ ਸੀ ਮਾਨਸਾ ਵੀ ਅੰਗਰੇਜ਼ ਆਇਆ ਕਰਨਗੇ ਇਹ ਤਮਾਮ ਮੁੱਦੇ ਨੇ ਆਹ ਮੁੱਦਾ ਨਹੀਂ ਹੈ ਜੋ ਤੁਸੀਂ ਰੋਜ਼ ਜਾਣ ਬੁੱਝ ਕੇ ਕੰਮ ਕਰ ਰਹੇ ਹੋ ਮੌਜੂਦਾ ਹਾਲਾਤਾਂ ਦੇ ਵਿੱਚ ਵੇਖੋ ਜੀ ਤੁਹਾਡੇ ਸਾਹਮਣੇ ਹੁਣ ਸੋਨੀ ਸਾਹਿਬ ਨੂੰ ਪੇਸ਼ ਕੀਤਾ ਗਿਆ ਇਵੇਂ ਨਿਬੜਾਂਗੇ ਲੜ ਲੜ ਕੇ ਔਰ ਮੇਰਾ ਖਿਆਲ ਅਸੀਂ ਹੋਰ ਤਰੀਕੇ ਦੇ ਨਾਲ ਤਕੜੇ ਤਰੀਕੇ ਦੇ ਨਾਲ ਅਸੀਂ ਮਜ਼ਬੂਤ ਹੋਵਾਂਗੇ ਅਸੀਂ ਡਰਾਂਗੇ ਨਹੀਂ ਭਗਵੰਤ ਮਾਨ ਦੇ ਇਸ ਤਸੱਦ ਤੋਂ ਲੜਾਂਗੇ ਤਕੜੇ ਹੋ ਕੇ ਨਿਕਲਾਂਗੇ ਔਰ ਇਹਨਾਂ ਕੇਸਾਂ ਤੋਂ ਫੜਨ ਦੇ ਨਾਲ ਮੈਂ ਇਹ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਫੜਨ ਦੇ ਨਾਲ ਕਿਸੇ ਪ੍ਰਕਾਰ ਦਾ ਕੋਈ ਅਸੀਂ ਗੁਨਾਹ ਨਹੀਂ ਕੀਤਾ ਕਾਨੂੰਨ ਤੁਸੀਂ ਦੇਖਿਆ ਹੋਣਾ ਅਕਸਰ ਹੀ ਲੋਕ ਜੇਲ੍ਹ ਕੱਟ ਕੇ ਆਉਂਦੇ ਹੈ ਅਤੇ ਬਰੀ ਹੋ ਜਾਂਦੇ ਲੇਕਿਨ ਇਸ ਕੇਸ 'ਚੋਂ ਕੁਝ ਨਹੀਂ ਨਿਕਲਣਾ ਔਰ ਜਿੱਦਾਂ ਸਾਡੇ ਇਹ ਕੇਸਿਸ ਰਿਜ਼ੋਲਵ ਹੋਣਗੇ ਇਹਨਾਂ ਸਾਰੇ ਕੇਸਿਸ 'ਚੋਂ ਕਾਂਗਰਸ ਪਾਰਟੀ ਦੇ ਜਿਹੜੇ ਲੀਡਰ ਸਾਹਿਬਾਨ ਨੇ ਉਹ ਪਾਏ ਇੱਜ਼ਤ ਬਰੀ ਹੋ ਕੇ ਨਿਕਲਣਗੇ ਔਰ ਅਸੀਂ ਪਾਰਟੀ ਸੋਨੀ ਸਾਹਿਬ ਦੇ ਨਾਲ ਉਹਨਾਂ ਦੇ ਪਰਿਵਾਰ ਦੇ ਨਾਲ ਪਰ ਅੰਮ੍ਰਿਤਸਰ ਦੇ ਲੋਕਾਂ ਦੇ ਨਾਲ ਚਟਾਂਗਵਾਂ ਖੜੀ ਔਰ ਅਸੀਂ ਇਸ ਤਸੱਦਦ ਤੋਂ ਡਰਦੇ ਨਹੀਂ ਜਿੰਨਾ ਮਰਜ਼ੀ ਜੀ ਹੈ ਉਹਨਾਂ ਤਸੱਦਦ ਕਰ ਲਓ ਸਾਨੂੰ ਤੁਹਾਡੇ ਕਿਸੇ ਗੱਲ ਦੀ ਪਰਵਾਹ ਨਹੀਂ ਹੈ ਪਰ ਇਹ ਗੱਲ ਕੋਈ ਚੰਗੀ ਨਹੀਂ ਹੈ ਮੈਂ ਤੁਹਾਨੂੰ ਕਿਹਾ ਵੀ ਅੱਜ ਉਹ ਤਾਂ ਕੁਝ ਵੀ ਕਹਿ ਦੇਣਗੇ ਉਹ ਤਾਂ ਇਹ ਵੀ ਕਹਿੰਦੇ ਕਿ ਅਸੀਂ ਕੱਟਰ ਇਮਾਨਦਾਰ ਹੈ ਉਹ ਤਾਂ ਇਹ ਵੀ ਕਹਿੰਦੇ ਸੀ ਅਸੀਂ ਉਹ ਜਿਹੜੀ ਮੂੰਹ ਵਾਲੀ ਭੈਣ ਬਣਾਈ ਹੈ ਟੈਂਕੀ 'ਤੇ ਚੜ੍ਹੀ ਹੈ ਕੇਜਰੀਵਾਲ ਸਾਹਿਬ ਅਤੇ ਭਗਵੰਤ ਮਾਨ ਜੀ ਨੇ ਉਹਨੂੰ ਆਉਂਦਿਆਂ ਸਾਰ ਨੌਕਰੀ ਦੇਵਾਂਗੇ ਜਿਹੜੀ ਅੱਜ ਵੀ ਨਹੀਂ ਮਿਲੀ ਉਹ ਤਾਂ ਬੜਾ ਕੁਛ ਕਹਿੰਦੇ ਸੀ ਉਹਨਾਂ ਦੇ ਕਹਿਣ ਨਾਲ ਕੁਝ ਨਹੀਂ ਹੋਣਾ ਸਾਡੇ ਨਾਲ ਬੈਠ ਕੇ ਆਹਮਣੇ ਸਾਹਮਣੇ
विजिलेंस का कोई व्यक्ति बैठ के उन्होंने असी सीए लियावांगे लोगों की कचहरी ला लैन तो हिसाब किताब दे देन। यह थोड़ी है कि एक तरफा विजिलेंस ने कहता कि 8 करोड़ का वादा तुम कागज वेखे कोई, मैं क्या दसना, मैं कहना कि 1% का वादा नहीं है। असी इनकम टैक्स भरते हैं, असी जो कागज भरते उदो एफीडेविट दें, हर जायदाद घूमण के बेनामी जायदाद बना दें, जिहड़ी जायदाद थोड़े ना ही नहीं है, जिहड़ी चीज़ थोड़े ना ही नहीं है, कह देंगे आह जमीन विच हिस्सा है, आह जमीन च भी हिस्सा, आह प्लॉट च भी हिस्सा है, इस होटल च भी हिस्सा है, ऐसा फिर थोड़ी च भी हिस्सा है। असी कहांगे आम आदमी पार्टी के नाम भी सब कुछ है। मेरे कहने का मतलब किसी ने कोई पेपर नहीं विखाया। मुख्यमंत्री साहब हर फ्रंट पर फेल हो गए हैं और जो कोई काम होर नहीं बचिया जां सरकार नू देखते कि बहुत सारी बदनामी और बहुत सारे सवाल है जिहड़े वो सरकार ते लोकां ने चकने शुरू करते, फिर सरकार आपदे ओही मशहूरियां वाली सरकार, मैं इहदा नां दित्ता फोकी मशहूरियां वाली सरकार, जान बुझ के इस तरह का जिहड़ा ड्रामा है हर रोज़ रचती है। हर महीने एक ना एक जिहड़ा कांग्रेसी व्यक्ति हुंदा है उहदे खिलाफ डिसप्रपोर्शनेट एसेट्स का केस बना के उन्हूं फड़ लिया जाता है। तुसी वेखोगे जदों किसी फाइल च कुछ लभदा नहीं, पहला तो हेल्थ दियां फाइलों की सोनी साहब की गलत करते, जो पता लगता कि फाइलिंग दे विच किते किसी प्रकार की कोई चीज़ नहीं है तो फिर डीए वाले केसा दे वल तुर पैंदे हैं। फिर डीए वाले केसा दे विच जिस प्रकार तत्थ जिहड़े आ तोड़ मरोड़ के दसे जाते हैं, ये जिहड़ा प्रवक्ता जां कोई वक्ता जां स्पोक्सपर्सन विजिलेंस जां उन्हां दा अफसर आके कहिंदा ही 7 करोड़ दा वाधा, जिहड़ा अफसर कह रहा है वह सच बोल रहा है, वो जो मुख्यमंत्री कह रहा उन्हां दे इशारे ते बोल रहा है, इस करके 7 करोड़ का वाधा, किसी 1 रुपए का वाधा नहीं। टेलीफोन नंबर एप्लीकेशन है 3 लाख हजे 100 बंदा नहीं अंदर दिता, मेरा मतलब 3 लाख अर्जियां आई हैं थोड़े को। अज कचहरियों करप्शन खत्म हो गई है, पंजाब की जनता जानती है कि करप्शन खत्म हुई है कि नहीं हुई, अज थाने च करप्शन खत्म हो गई है, हड़ता प्रचार करने व्यस्त ने, प्रचार करने व्यस्त ने, हरियाणा च प्रचार कर रहे हैं तो पंजाब डुबिया फिर रहा। मुख्यमंत्री साहब नूं चाहिदा सी हुण तक दौरे करते, कई लोगों की मौत हो गई ने, लोगों के घर ढह गए ने, लोगों दीआं फसलां चलियां गईआं, स्पैशल गिरदावरी के तहत राहत कैंप लगने चाहिए है और राहत कैंपां दे राहीं लोगों नूं बनदियां बुनियादी सहूलत देनिया चाहिए और जिन्हों का जानी नुकसान हो गया ज घर ढह गए उन्होंने सरकार तुरंत मुआवजा दे। और मैं कांग्रेसी भरावों भी बेनती करदा कि अज साडी ये तरीक सी, साडा आपदे साथी दे नाल इत्थे खड़ना जिहड़ा वो साडा फर्ज बनता है और डट के खड़ांगे, लेकिन जिस प्रकार हड़ां की हालत बनी हुई है पानी आया है, मैं सारे कांग्रेसी वर्करां नूं बेनती करदा कि घरां चों निकल गए, असी लोगों की सेवा च जुड़िए, लोगों की राहत भेजिए, किसी भी व्यक्ति को भुखा ना सौं दिए, और असी अज ही हेल्पलाइन नंबर भी जारी कर रहे हैं कांग्रेस पार्टी। ट्रैक्टर एसोसीएशन नहीं पाएगा, तुसी इतिहास फरोल के वेख लो जिथे जिथे जेड़े प्रदेश के इस तरह वेंडेटा पॉलिटिक्स, लोगों को कोई इस गल का मुद्दा ही नहीं है भी तुसी किसी को फड़िया कि नहीं फड़िया, विजिलेंस किनू फड़ रही है किनू नहीं फड़ रही है कोई मुद्दा नहीं है। 50 लाख रुपए तुसी अंसारी वाला लै रहे हो या नहीं लै रहे, मुद्दा की है, मुद्दा यह है भी अज सेहत सहूलत दोबारे ठीक हुई, अज कोई किसान फसली चक्कर तो झोने के कणक तो निकल रहा है, किसान सुसाइड करनों बच गया, नशा जो 5 मौत होंगे सी तो अज 10 हो रही हैं, स्कूल बाहर लोग जा रहे, ये मुद्दे है बुनियादी, इन्होंने मुद्दों तो डाइवर्ट किया जा रहा, पेंशन वधाउणी सी कित्थे आ पेंशन 1000 रुपया तुसी देना सी, आदि मुद्दे ने पंजाब के टीचरों नूं कुटिया जा रहा है। हाँ जी, क्या बंदाखोरी राजनीति हो रही है, कल कांग्रेस सत्ता जानी है
देखो कांग्रेस पार्टी ने कदे बदला खोरी दी नीति दे नाल काम नहीं कीता। तुसी देखिया होना मीडिया चैनल्स किस प्रकार मीडिया चैनल्स दी धौण ते गोडा रख्या हुआ सरकार ने। सानू दबी आवाज दे विच तमाम लोग आके दसदे ने भी साडी धौण ते गोडा रख्या हुआ सानू बचाओ। कुछ लोग तो सरेंडर ही करके कुछ लोगों के चैनल ही बंद करते। कदे कांग्रेस राज च भी होया सी तुसी साडियां खबरां सुनाउंदे सी रोज साडे उल्ट लाउंदे सी खबरां। कदे मीडिया कर्मचारी नूं सानू तां इह सरकार जिहड़ी नवीं सरकार है वल सिखा रही है कि किद्दां धौण फड़ के रखनी है मरोड़नी है। किसी नूं वल सिखाया कदे कदे कम भी आउंदा। फिर मेरे कहण तों मतलब है कि इस गल च कुछ नहीं पिया, इहदे नाल पंजाब की तरक्की रुकेगी। मेरी बेनती है कि असी तकड़े होकर पंजाब के विकास की पंजाब के लोगों की तो बुनियादी मुद्दों की गल करिए, ना कि यार रोजाना ड्रामा करिए विजिलेंस उन्होंने लै गई विजिलेंस आ गया। सक्सैस रेट विजिलेंस का 1% है। जेडे जे विजिलेंस केस फड़ती है 100 केस विजिलेंस फड़ती है तो वे चो 1% जोड़ा सक्सैस रेट है। कभी कि क्योंकि खुरद बुरद करके केस बनाया जाता है, सारा नजायज केस बनाया जाता है। जो केजरीवाल साहब नु सद्या तो CBI के बाहर धरना लाया, तुसी आख्या CBI चोर है, CBI सानू गलत पसा रही है। इत्थे तुसी भी उही काम करदे हो, तुसी कहिंदे ED गलत है, धक्का कर रही है ED। इत्थे विजिलेंस धक्का कर रही है। स्ट्रैटेजी असी लड़ांगे, लड़के मरांगे, और असी जे मरांगे ते नाल थानू भी लैके मरांगे। मेरे असी लड़ांगे, असी जनता दे विच जाके थानू दसांगे तुहाडा की बुनियादी मुद्दे सन, की करतूतां तुहाडियां। और बिल्कुल मैं अज मीडिया दे राही कहना, जे कोई व्यक्ति जिहड़ा जेल जांदा, हर व्यक्ति जेल जाण वाला गुनहगार नहीं है। कृपा करके उन्हां चिकर नूं गुनहगार ना समझो जिन्ना चिकर अदालत उहदे खिलाफ उन्हूं गुनहगार नहीं साबित कर दिंदी। पुलिस वालियां दा गुनहगार ते सरकारां दा गुनहगार ते मुख्यमंत्री भगवंत मान दा गुनहगार कोई गुनहगार नहीं है। जो FIR इन्होंने की उहदे तों बाहर तां जा नहीं सकदे। 8 महीने च कुछ नहीं लभा, एक दिन च की लभ लैणा, एक दिन दा जी परसों पेश करना। मेरा मैं सिर्फ एक छोटी जी गल कहंगा, आई एम ए लॉयर, आई हैव टू आर्ग्यू। बाकी जेड़ा तुसी पॉलिटिकल वेंडेटा कह रहे हो, मैं इन्नी गल कहंगा पॉलिटिकल वेंडेटा विद स्टॉर्म।